ਅੰਮ੍ਰਿਤਸਰ 'ਚ SPCA ਦੇ ਮੁਲਾਜ਼ਮਾਂ ਨੇ ਇੱਕ ਲਵਾਰਸ ਪਈ ਪੰਡ 'ਚੋਂ ਸ਼ੇਰ ਅਤੇ ਚੀਤੇ ਦੀ ਖੱਲ ਬਰਾਮਦ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਖੱਲ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ ਕਰੀਬ 1.25 ਕਰੋੜ ਰੁਪਏ ਹੈ। ਜਾਣਕਾਰੀ ਮੁਤਾਬਕ ਸੁਸਾਇਟੀ ਦੇ ਇੰਸਪੈਕਟਰ ਅਸ਼ੋਕ ਜੋਸ਼ੀ ਨੇ ਦੱਸਿਆ ਕਿ ਉਹਨਾਂ ਨੂੰ ਵੀਰਵਾਰ ਸਵੇਰੇ ਕਿਸੇ ਦਾ ਫੋਨ ਆਇਆ ਸੀ ਕਿ ਰਣਜੀਤ ਐਵਨਿਊ ਦੇ ਏ ਬਲਾਕ ਵਿੱਚ ਇੱਕ ਵਿਅਕਤੀ ਦਰਖਤ ਹੇਠਾਂ ਇੱਕ ਪੰਡ ਲੈ ਕੇ ਬੈਠਾ ਹੈ ਜਿਸ ਦੇ ਇੱਕ ਹਿੱਸੇ 'ਚ ਸ਼ੇਰ ਦੀ ਪੂਛ ਵਿਖਾਈ ਦੇ ਰਹੀ ਹੈ। ਜਦੋਂ ਉਹਨਾਂ ਨੇ ਉਸ ਥਾਂ 'ਤੇ ਛਾਪਾ ਮਾਰਿਆ ਤਾਂ ਪੰਡ ਤਾਂ ਮਿਲ ਗਈ ਪਰ ਵਿਅਕਤੀ ਫਰਾਰ ਹੋਣ ਵਿੱਚ ਸਫਲ ਹੋ ਗਿਆ। ਜਦੋਂ ਸੁਸਾਇਟੀ ਦੇ ਮੁਲਾਜ਼ਮਾਂ ਨੇ ਪੰਡ ਖੋਲ੍ਹੀ ਤਾਂ ਉਸ 'ਚੋਂ 5 ਫੁੱਟ ਲੰਬੀ ਸ਼ੇਰ ਅਤੇ ਚੀਤੇ ਦੀ ਖੱਲ ਮਿਲੀ। ਅਸ਼ੋਕ ਜੋਸ਼ੀ ਨੇ ਦੱਸਿਆ ਹੈ ਕਿ ਸ਼ੇਰ ਅਤੇ ਚੀਤੇ ਦੀ ਖੱਲ ਨਾਲ ਗਲੀਚੇ ਅਤੇ ਪਰਸ ਤਿਆਰ ਕੀਤੇ ਜਾਂਦੇ ਹਨ। ਰਣਜੀਤ ਐਵਨਿਊ ਛੇਵੀਂ ਪਾਤਸ਼ਾਹੀ ਗੁਰਦੁਆਰੇ ਦੀ ਬੈਕ ਸਾਈਡ 'ਤੇ ਇੱਕ ਪੇੜ ਦੇ ਨੀਚੇ ਇੱਕ ਆਦਮੀ ਬੈਠਾ ਜਿਹਦੇ ਕੋਲ ਖੱਲਾਂ ਹੈਗੀਆਂ ਨੇ। ਥੋੜ੍ਹੀ ਖੱਲ ਜਿਹੜੀ ਉਹਦੇ ਕੱਪੜੇ 'ਚੋਂ ਬਾਹਰ ਆ ਰਹੀ ਸੀ ਗੰਢ ਦੇ ਵਿੱਚੋਂ, ਤਾਂ ਉਸੇ ਵੇਲੇ ਹੀ ਫੋਨ ਕੱਟ ਹੋ ਗਿਆ। ਮੈਂ ਤੁਰੰਤ ਮੌਕੇ 'ਤੇ ਗਿਆ, ਜਦੋਂ ਤਾਂ ਮੈਨੂੰ ਪਹਿਲਾਂ ਤਾਂ ਕਰੈਕਟ ਲੋਕੇਸ਼ਨ ਨਹੀਂ ਪਤਾ ਲੱਗੀ, ਲੱਭਦਿਆਂ ਫਿਰ ਮੈਂ ਗੁਰਦੁਆਰੇ ਦੀ ਬੈਕ ਸਾਈਡ 'ਤੇ ਜਦੋਂ ਪਹੁੰਚਿਆ ਤਾਂ ਦੇਖਿਆ ਕਿ ਇੱਕ ਕੱਪੜੇ ਦੀ ਗੰਢ ਪਈ ਹੋਈ ਸੀ ਜਿਹਦੇ 'ਚੋਂ ਥੋੜ੍ਹੀ ਜਿਹੀ ਖੱਲ ਬਾਹਰ ਵੀ ਹੈਗੀ ਸੀ ਔਰ ਤੇਂਦੂਏ ਦੀ ਪੂੰਛ ਲਟਕਦੀ ਪਈ ਸੀ ਵਿੱਚੋਂ ਬਾਹਰ, ਕਾਫੀ ਲੰਬੀ ਹੈ ਪੂੰਛ। ਔਰ ਮੈਂ ਤੁਰੰਤ ਜਾ ਕੇ ਉਹ ਖੱਲਾਂ ਨੂੰ ਬਰਾਮਦ ਕੀਤਾ ਜਿਹੜੀ ਕਿ ਤੇਂਦੂਏ ਦੀ ਹੈ ਔਰ ਦੂਸਰੀ ਚੀਤੇ ਦੀ ਹੈ। ਇਹਨਾਂ ਦੀ ਕੀਮਤ ਲੱਖਾਂ ਦੇ ਹਿਸਾਬ ਨਾਲ ਹੈ। ਇਹ ਤਾਂ ਲੋਕ ਘਰਾਂ 'ਚ ਸ਼ੋਅ ਵਾਸਤੇ ਵੀ ਲਗਾਉਂਦੇ ਨੇ, ਕੰਧਾਂ ਨੂੰ ਵੀ ਲਾਉਂਦੇ ਨੇ। ਜਿਹੜੇ ਰਿਚ ਲੋਕ ਨੇ, ਰਹਿਸ ਲੋਕ ਨੇ, ਉਹਨਾਂ ਦਾ ਤਾਂ ਇੱਕ ਚੋਚਲਾ ਵਾ ਕੇ ਸ਼ੇਰ ਦੀ ਖੱਲ ਅਸੀਂ ਰੱਖੀ ਹੋਈ ਹੈ ਜੀ ਆਪਣੇ ਘਰ। ਦੂਸਰਾ ਆ ਕਿ ਚਾਈਨੀਜ਼ ਲੋਕ ਇਹਨੂੰ ਦਵਾਈਆਂ 'ਚ ਬਹੁਤ ਯੂਜ਼ ਕਰਦੇ ਨੇ, ਇਹਦੇ ਨਾਲ ਬਹੁਤ ਸਾਰੀਆਂ ਦਵਾਈਆਂ ਵੀ ਬਣਦੀਆਂ ਹਨ ਔਰ ਬਹੁਤ ਸਾਰੀਆਂ ਦਵਾਈਆਂ ਜਿਹੜੀਆਂ ਚੀਤੇ ਤੋਂ, ਸ਼ੇਰ ਦੀ ਸਕਿਨ ਤੋਂ, ਇਹਦੇ ਦੰਦਾਂ ਤੋਂ ਸੈਕਸ ਵਾਸਤੇ ਯੂਜ਼ ਹੁੰਦੀਆਂ ਨੇ। ਇਹਨਾਂ 'ਤੇ ਜੇ ਕੋਈ ਬੰਦਾ ਪਕੜਿਆ ਜਾਂਦਾ ਵਾ, ਕਰੋਲਿਟੀ ਐਕਟ ਦਾ ਲੱਗੇਗਾ ਹੀ ਲੱਗੇਗਾ, ਅਣਪਛਾਤੇ ਬੰਦੇ 'ਤੇ ਪਰਚਾ ਵੀ ਦਰਜ ਹੋਏਗਾ। ਬਿਊਰੋ ਰਿਪੋਰਟ, ਪੰਜਾਬ ਟੂਡੇ।